सत श्री अकाल प्रोग्राम निरपक्ष टॉक देख रहे सारे दर्शकों का हार्दिक स्वागत है। एक बार फिर तो दिन भर दीआं खास खबरां लैके पेश हो चुकी हैं। दिन भर दीआं खास खबरां ते विचार चर्चा करांगे। सो इसे दे लई अपने नाल जुड़ चुके ने सीनियर पत्रकार जगसीर सिंह संधू जी। सब तो पहला तो सत श्री अकाल सर, बहुत बहुत स्वागत है तुहाडा। ਸਤਿ ਸ੍ਰੀ ਅਕਾਲ ਜੀ। ਨਿਰਪੱਖ ਟਾਕ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਲਾਮ ਜੀ। ਸੋ ਠੀਕ ਠਾਕ ਹੋ ਸਰ ਤੁਸੀਂ? ਬਿਲਕੁਲ ਜੀ, ਠੀਕ ਠਾਕ। ਤੇ ਕੀ ਅੱਜ ਦੀਆਂ ਜਿਹੜੀਆਂ ਕੋਈ ਖਾਸ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਨੇ ਵਿਚਾਰ ਚਰਚਾ ਕਰਨੀ ਹੈਗੀ, ਕਿਉਂਕਿ ਕਾਫੀ ਕੁਝ ਇਸ ਤਰ੍ਹਾਂ ਦਾ ਦੇਸ਼ ਵਿਦੇਸ਼ ਦੇ ਵਿੱਚ ਘਟ ਰਿਹਾ ਹੈਗਾ, ਤੇ ਕਿਹੜੀਆਂ ਕਿਹੜੀਆਂ ਖਬਰਾਂ ਅੱਜ ਤੁਸੀਂ ਕੱਢੀਆਂ ਨੇ? ਬਿਲਕੁਲ ਸਰ, ਆਪਾਂ ਸ਼ੁਰੂਆਤ ਕਰਾਂਗੇ ਭਾਰਤ ਅਤੇ ਕੈਨੇਡਾ ਦੇ ਜੋ ਲਗਾਤਾਰ ਸੰਬੰਧ ਹੈ ਵਿਗੜ ਰਹੇ ਇਹਨਾਂ ਦੇ ਬਾਰੇ ਚਰਚਾ ਕਰਾਂਗੇ। ਜਿਵੇਂ ਕਿ ਭਾਰਤ ਦੇ ਵੱਲੋਂ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਜੋ 41 ਡਿਪਲੋਮੈਟ ਆ ਉਹਨਾਂ ਨੂੰ ਵਾਪਸ ਭੇਜਣ ਦੇ ਬਾਰੇ ਅਨਾਉਂਸਮੈਂਟ ਕੀਤੀ ਗਈ, ਜਿਨ੍ਹਾਂ ਦਾ ਕਹਿਣਾ ਕਿ 10 ਅਕਤੂਬਰ ਤੱਕ ਦੀ ਆਖਰੀ ਤਾਰੀਖ ਹੈ ਉਹਨਾਂ ਦੇ ਕੋਲ। ਤੇ ਉਧਰ ਦੂਜੇ ਪਾਸੇ ਅਮਰੀਕਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਕੈਨੇਡਾ ਦੇ ਨਾਲ ਆਪਸੀ ਤਾਲਮੇਲ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਕੀ ਕਹੋਗੇ ਇਹਦੇ ਬਾਰੇ ਤੁਸੀਂ? ਬਿਲਕੁਲ ਜੀ, ਵਿਵਾਦ ਰੋਜ਼, ਮਤਲਬ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਵਿਵਾਦ ਰੋਜ਼ ਤੇਜ਼ ਹੁੰਦਾ ਜਾ ਰਿਹਾ ਹੈਗਾ। ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜਾ ਇਹ ਹਰਦੀਪ ਸਿੰਘ ਨੇਜਰ ਦੇ ਕਤਲ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇਗੇ, ਉਹ ਭਾਰਤ ਤੇ ਕੈਨੇਡਾ ਵਿਚਾਲੇ ਦਾ ਮਾਮਲਾ ਨਹੀਂ ਰਹਿ ਗਿਆ। ਹੁਣ ਇਹਦੇ ਵਿੱਚ ਹੋਰ ਮੁਲਕ ਆ ਜਿਹੜੇ, ਉਹ ਵੀ ਕਈ ਸ਼ਾਮਿਲ ਹੋ ਗਏ ਨੇ, ਤੇ ਇਹਦੇ ਨਾਲ ਨਾਲ ਮਤਲਬ ਸਿੱਖਾਂ ਦੇ ਵੀ ਮਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਭਾਵਨਾਵਾਂ, ਇਸ ਤਰ੍ਹਾਂ ਦੀ ਠੇਸ ਆ ਜਿਹੜੀ ਉਹ ਲੱਗਦੀ ਦਿਖਾਈ ਦੇ ਰਹੀ ਹੈਗੀ। ਪਰ ਭਾਰਤ ਇਸ ਮਾਮਲੇ ਨੂੰ ਲੈ ਕੇ ਜਿਹੜਾ ਕਰੜਾ ਰੁੱਖ ਹੈ ਉਹ ਅਖਤਿਆਰ ਕਰਦਾ ਜਾ ਰਿਹਾ। ਚੌਥੀ ਵੱਡੀ ਕਾਰਵਾਈ ਭਾਰਤ ਨੇ ਕੀਤੀ ਹੈ ਕਿ ਅੱਜ ਕੈਨੇਡਾ ਦੇ ਜਿਹੜੇ 41 ਡਿਪਲੋਮੈਟ ਨੇ ਉਹਨਾਂ ਨੂੰ ਕਹਿ ਦਿੱਤਾ, ਇੱਕ ਪਹਿਲਾਂ ਭੇਜ ਦਿੱਤਾ ਸੀ, 40 ਨੂੰ ਅੱਜ ਕਹਿ ਦਿੱਤਾ ਹੈ ਕਿ ਉਹ 10 ਅਕਤੂਬਰ ਤੱਕ ਭਾਵੇਂ ਭਾਰਤ ਨੂੰ ਛੱਡ ਕੇ ਚਲੇ ਜਾਣ। ਸੋ ਇਹ ਭਾਰਤ ਸਰਕਾਰ ਵੱਲੋਂ ਜਿਹੜਾ ਅੱਜ ਜਿਹੜਾ ਫੈਸਲੇ ਦੀ ਖਬਰ ਹੈ, ਇਹ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਦੇ ਵਿੱਚ ਜਾਣਕਾਰੀ ਹੈ ਜਿਹੜੀ ਦਿੱਤੀ ਗਈ ਹੈਗੀ। ਤੇ ਇਹਦੇ ਵਿੱਚ ਮਤਲਬ ਭਾਰਤ ਸਰਕਾਰ ਨੇ ਪਹਿਲਾਂ ਵੀ ਸੰਕੇਤ ਦਿੱਤੇ ਸੀਗੇ ਕਿ ਇੱਥੇ ਜਿਹੜਾ ਸਟਾਫ ਹੈ ਉਹ ਕੈਨੇਡਾ ਦਾ ਵੱਧ ਹੈ, ਡਿਪਲੋਮੈਟ ਵੱਧ ਤੈਨਾਤ ਕੀਤੇ ਹੋਏ ਨੇ, ਤੇ ਇਹਨਾਂ ਦੀ ਗਿਣਤੀ ਹੈ ਜਿਹੜੀ ਇਹ ਘੱਟ ਕਰਨ ਦੀ ਲੋੜ ਹੈ, ਤਾਂ ਕਿ ਇੱਕੋ ਜਿਹੇ ਮਤਲਬ ਸਟਾਫ ਹੈ ਜਿਹੜਾ, ਜਿੰਨਾ ਕੁ ਸਟਾਫ ਭਾਰਤ ਦਾ ਕੈਨੇਡਾ ਦੇ ਵਿੱਚ ਉਨਾ ਕਿ ਅਮਰੀਕਾ ਦਾ ਇੱਥੇ ਰਹਿ ਜੇ। ਤੇ ਇਦੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਚੌਥੀ ਕਾਰਵਾਈ ਆ, ਸਭ ਤੋਂ ਪਹਿਲਾਂ ਤਾਂ ਮਤਲਬ ਕੈਨੇਡੀਅਨ ਭਾਰਤ ਨੇ ਕੈਨੇਡੀਅਨ ਖੁਫੀਆ ਅਧਿਕਾਰੀ ਆ ਜਿਹੜਾ, ਉਹਨੂੰ ਇੱਥੋਂ ਜਾਣ ਦੀ ਹਦਾਇਤ ਕਰ ਦਿੱਤੀ, ਹੁਕਮ ਦੇ ਦਿੱਤਾ ਸੀ ਵੀ ਚੱਲਿਆ ਜਾਵਾ। ਫਿਰ ਉਦੋਂ ਬਾਅਦ ਵੀਜ਼ਾ ਸੇਵਾਵਾਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ, ਤੇ ਫਿਰ ਕੈਨੇਡਾ ਦੇ ਨਾਗਰਿਕਾਂ ਦੇ ਭਾਰਤੀ ਦਾਖਲੇ ਤੇ ਪਾਬੰਦੀ ਲਾ ਦਿੱਤੀ। ਇਹਦੇ ਨਾਲ ਹੀ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਲਈ। ਤੇ ਇਹ ਚੌਥਾ ਕਦਮ ਹੈ ਮੋਦੀ ਸਰਕਾਰ ਦਾ ਵੱਡਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਜਿਹੜੇ 41 ਡਿਪਲੋਮੈਟ ਹੈ ਇਹ ਵੀ ਭਾਰਤ ਛੱਡ ਕੇ ਚਲੇ ਜਾਣ। ਸੋ ਜਿਸ ਤਰ੍ਹਾਂ ਇਸ ਤੇ ਚਰਚਾ ਹੋ ਰਹੀ ਹੈਗੀ, ਕਿਉਂਕਿ ਜੂਨ ਮਹੀਨੇ ਦੇ ਵਿੱਚ ਹੋਇਆ ਸੀਗਾ ਕੈਨੇਡਾ ਨੇਚਰ ਦਾ, ਉਸ ਤੋਂ ਬਾਅਦ ਇਹ ਮਾਮਲਾ ਮਤਲਬ ਉਲਝ ਗਿਆ, ਕਿਉਂਕਿ G20 ਦੇ ਵਿੱਚ ਵੀ ਉਸ ਸਮੇਂ ਇਸ ਮਾਮਲੇ ਦੀ ਗੱਲਬਾਤ ਹੁੰਦੀ ਰਹੀ, ਚਾਹੇ ਕਿ ਉਦੋਂ ਪ੍ਰੈਸ ਦੇ ਵਿੱਚ ਨਹੀਂ ਆਈ, ਪਰ ਬਾਅਦ ਦੇ ਵਿੱਚ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਇਹ ਕਹਿ ਦਿੱਤਾ ਸੀ ਕਿ ਇਹਦੇ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋ ਸਕਦੀ ਹੈਗੀ। ਮਾਮਲਾ ਸੰਯੁਕਤ ਰਾਸ਼ਟਰ ਤੱਕ ਜਾ ਪਹੁੰਚਿਆ, ਜੂਏ ਨੂੰ ਤੱਕ ਇਹ ਮਾਮਲਾ ਜਿਹੜਾ ਚਲਿਆ ਗਿਆ, ਤੇ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਵਾਲੀ ਗੱਲ ਹੈ। ਉੱਧਰ ਇਹਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਦੀ, ਤਾਂ ਉਹਨਾਂ ਨੇ ਵੀ ਜਿਹੜੇ ਐਸ ਜੈਸ਼ੰਕਰ ਹੈ ਉਹਨਾਂ ਨੇ ਵੀ ਸੰਯੁਕਤ ਰਾਸ਼ਟਰ ਦੇ ਵਿੱਚ ਕਿਹਾ ਸੀ ਵੀ ਕੁਝ ਦੇਸ਼ ਸਿਆਸੀ ਸਹੂਲਤਾਂ ਨੂੰ ਦੇਖਦੇ ਹੋਏ ਅੱਤਵਾਦ ਨਾਲ ਨਜਿੱਠ ਰਹੇ ਨੇ, ਜਿਹੜਾ ਕਿ ਸਰਾਸਰ ਗਲਤ ਹੈਗਾ। ਸਿੱਧਾ ਕੈਨੇਡਾ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਉੱਥੋਂ ਦੀ ਸਿਆਸਤ ਨੂੰ ਲੈ ਕੇ ਇਹ ਜਿਹੜਾ ਇਸ ਤਰ੍ਹਾਂ ਮਤਲਬ ਇਹ ਨਿਜਰ ਵਾਲਾ ਮਾਮਲਾ ਹੈਗਾ, ਉਹਨੂੰ ਉਸ ਸਿਆਸਤ ਦੇ ਢੰਗ ਦੇ ਨਾਲ, ਉੱਥੋਂ ਦੀ ਰਾਜਨੀਤੀ ਦੇ ਢੰਗ ਦੇ ਨਾਲ ਦੇਖਿਆ ਜਾ ਰਿਹਾ, ਜਿਹੜਾ ਕਿ ਗਲਤ ਹੈਗਾ। ਤੇ ਇਹਦੇ ਨਾਲ ਨਾਲ ਹੀ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਕਿ ਅਮਰੀਕਾ ਦਾ ਇੱਕ ਵੱਡਾ ਬਿਆਨ ਹੈ, ਵਿਦੇਸ਼ ਮੰਤਰੀ ਬੋਲਿਆ ਕਿ ਭਾਰਤ ਸਰਕਾਰ ਨੂੰ ਜਿਹੜਾ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈਗਾ। ਤੇ ਮੁੜ ਵੱਡਾ ਬਿਆਨ ਹੈ, ਮਤਲਬ ਇਹ ਵਿਦੇਸ਼ ਮੰਤਰਾਲੇ ਦੇ ਜਿਹੜੇ ਬੁਲਾਰੇ ਆ ਮੈਥਿਊ ਮਿਲਰ, ਇਹਨਾਂ ਨੇ ਜਿਹੜੀ ਇਹਨਾਂ ਦੀ ਰੋਜ਼ਾਨਾ ਦੀ ਨਿਊਜ਼ ਕਾਨਫਰੰਸਿੰਗ ਹੁੰਦੀ ਹੈ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹਨਾਂ ਉਦੋਂ ਹੀ ਸਪਸ਼ਟ ਕਰ ਦਿੱਤਾ ਸੀ, ਤੇ ਮੈਂ ਹੁਣ ਫੇਰ ਦੁਹਰਾਉਂਦਾ ਹਾਂ ਕਿ ਅਸੀਂ ਇਸ ਮਾਮਲੇ ਤੇ ਕੈਨੇਡਾ ਦੇ ਵਿੱਚ ਆਪਣੇ ਭਾਈਵਾਲਾਂ ਨਾਲ ਨੇੜੇ ਤਾਲਮੇਲ ਰੱਖ ਰਹੇ ਹਾਂ। ਅਸੀਂ ਕਈ ਮੌਕਿਆਂ ਦੇ ਉੱਪਰ ਭਾਰਤ ਦੀ ਗੱਲਬਾਤ
ਭਾਰਤ ਸਰਕਾਰ ਨਾਲ ਗੱਲਬਾਤ ਦੌਰਾਨ ਕੈਨੇਡਾ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਅਪੀਲ ਕਰ ਚੁੱਕੇ। ਉਹੀ ਗੱਲਾਂ ਜਿਹੜੀਆਂ ਪਹਿਲਾਂ ਉਹ ਕਹਿੰਦੇ ਨੇ ਰੋਜ਼ਾਨਾ, ਉਹ ਜੀ ਉਹਨਾਂ ਨੇ ਫੇਰ ਦੁਹਰਾਈਆਂ ਨੇਗੀਆਂ। ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਵੀ ਆਪਣੇ ਹਮਰੁਤਬਾ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ ਦੌਰਾਨ ਅਜਿਹਾ ਕਰਨ ਦਾ ਕਹਿੰਦੇ ਮੌਕਾ ਮਿਲਿਆ। ਉਹਨਾਂ ਨੇ ਪੁੱਛੇ ਜਾਣ ਤੇ ਕਿਹਾ ਕਿ ਭਾਰਤ ਕੈਨੇਡਾ ਨਾਲ ਸਹਿਯੋਗ ਕਰਨ ਲਈ ਸਹਿਮਤ ਹੋ ਗਿਆ, ਤਾਂ ਮਿਲਰ ਦਾ ਕਹਿਣਾ ਸੀਗਾ ਕਿ ਇਹਦਾ ਜਵਾਬ ਤਾਂ ਨਵੀਂ ਦਿੱਲੀ ਨੇ ਦੇਣਾਗਾ। ਤੇ ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਕਈ ਮੌਕਿਆਂ ਤੇ ਭਾਰਤ ਸਰਕਾਰ ਨੂੰ ਜਿਹੜਾ ਨਿੱਜਰ ਵਾਲੇ ਮਾਮਲੇ ਦੇ ਵਿੱਚ ਹੈ ਕੈਨੇਡਾ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਲਿੰਕਨ ਨੇ ਵੀ ਪਿਛਲੇ ਹਫ਼ਤੇ ਜਿਹੜਾ ਆਪਣੇ ਭਾਰਤ ਦੇ ਵਿਦੇਸ਼ ਮੰਤਰੀ ਹੈ ਐਸ ਜੈਸ਼ੰਕਰ, ਉਹਨਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਮੁੱਦਾ ਉਠਾਇਆ ਸੀਗਾ। ਸੋ ਇਸੇ ਦੇ ਦੌਰਾਨ ਹੀ ਚੱਲਦੇ ਜਿਹੜੀ ਇਹ ਖ਼ਬਰ ਅੱਜ ਵਾਲੀ ਜਿਹੜੀ ਆਪਾਂ ਪਹਿਲਾਂ ਜ਼ਿਕਰ ਕੀਤਾ ਗਾ, ਕਿਉਂਕਿ ਭਾਰਤ ਦੇ ਵਿੱਚ ਇਸ ਵੇਲੇ ਜਿਹੜੇ 62 ਕੈਨੇਡੀਅਨ ਡਿਪਲੋਮੈਟ ਹੈ ਉਹ ਕੰਮ ਕਰ ਰਹੇ ਨੇਗੇ, ਤੇ ਇਹਨਾਂ ਦੇ ਵਿੱਚੋਂ ਹੁਣ 41 ਨੂੰ ਵਾਪਸ ਜਾਣ ਦੇ ਜਿਹੜੇ ਹੁਕਮ ਉਹ ਦਿੱਤੇ ਗਏ ਨੇਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਿਹੜਾ ਅਰਵਿੰਦਮ ਬਾਗਚੀ ਹੈ, ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੈਨੇਡਾ ਦਾ ਜਿਹੜਾ ਡਿਪਲੋਮੈਟਿਕ ਸਟਾਫ ਹੈ ਤੇ ਉਹ ਕੈਨੇਡਾ ਦੇ ਵਿੱਚ ਜਿਹੜਾ ਭਾਰਤ ਦਾ ਸਟਾਫ ਹੈ ਉਹਦੇ ਮੁਕਾਬਲੇ ਬਹੁਤ ਵੱਡਾ ਹੈ। ਤੇ ਅਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕੈਨੇਡਾ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਦੋਵਾਂ ਦੇਸ਼ਾਂ ਦੇ ਵਿੱਚ ਜਿਹੜੀ ਡਿਪਲੋਮੈਟਾਂ ਦੀ ਗਿਣਤੀ ਆ ਉਹ ਬਰਾਬਰ ਹੋਣੀ ਚਾਹੀਦੀ ਹੈ। ਸੋ ਜਿਹੜੀ ਕਿ ਬਿਆਨਾ ਕਨਵੈਨਸ਼ਨ ਦੇ ਤਹਿਤ ਇਹ ਗੱਲ ਮਤਲਬ ਜ਼ਰੂਰੀ ਹੈਗੀ ਤੇ ਹੋਣੀ ਵੀ ਉਸੇ ਤਰ੍ਹਾਂ ਚਾਹੀਦੀ ਹੈ। ਸੋ ਇਸੇ ਦੇ ਮੱਦੇ ਨਜ਼ਰੀ ਜਿਹੜਾ 41 ਡਿਪਲੋਮੈਟ ਹੈ ਉਹ ਭੇਜੇ ਗਏ ਨੇ, ਪਰ ਇਹ ਭਾਰਤ ਦਾ ਵੱਡਾ ਕਦਮ ਮੰਨਿਆ ਜਾਂਦਾ ਹੈ ਇਸ ਮਾਮਲੇ ਦੇ ਵਿੱਚ, ਚੌਥਾ ਵੱਡਾ ਕਦਮ ਹੈ ਜਦੋਂ ਦਾ ਇਹ ਨਿੱਜਰ ਵਾਲਾ ਰੌਲਾ ਪਿਆ ਉਸ ਤੋਂ ਬਾਅਦ। ਜੀ, ਸੋ ਇਸੇ ਦੇ ਚੱਲਦੇ ਸਰ, ਅਗਰ ਆਪਾਂ ਯੂਕੇ ਦੇ ਬਾਰੇ ਵੀ ਗੱਲ ਕਰੀਏ ਤਾਂ ਯੂਕੇ ਦੇ ਵਿੱਚ ਵੀ ਅਵਤਾਰ ਸਿੰਘ ਖੰਡਾ ਦੀ ਮੌਤ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਜਾ ਰਿਹਾ, ਉਹਨਾਂ ਦੀ ਮੌਤ ਨੂੰ ਲੈ ਕੇ ਵੀ ਇੱਕ ਸ਼ੱਕ ਦੇ ਦਾਇਰੇ ਦੇ ਨਾਲ ਉਸਨੂੰ ਦੇਖਿਆ ਜਾ ਰਿਹਾ ਹੈ, ਸ਼ੱਕ ਦੇ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਸ਼ਾਇਦ ਕਤਲ ਹੀ ਕਰਵਾਇਆ ਗਿਆ ਸੀ। ਲੇਕਿਨ ਉੱਥੇ ਜੋ ਇਹ ਵੀ ਕਹਿ ਦਿੱਤਾ ਗਿਆ ਸੀ ਕਿ ਜੋ ਪੋਸਟਮਾਰਟਮ ਰਿਪੋਰਟ ਸੀ ਉਸਦੇ ਵਿੱਚ ਸਾਫ਼ ਹੋਇਆ ਸੀ ਕਿ ਉਹਨਾਂ ਨੂੰ ਬਲੱਡ ਕੈਂਸਰ ਸੀ, ਤੁਹਾਨੂੰ ਲੱਗਦਾ ਇਹ ਚੀਜ਼ਾਂ ਵੱਧਦੀਆਂ ਨਜ਼ਰ ਆ ਰਹੀਆਂ ਹੁਣ ਕਿਤੇ ਨਾ ਕਿਤੇ? ਬਿਲਕੁਲ ਜੀ, ਇਹ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਆ ਉਹਦੇ ਵਿੱਚ ਇਹੀ ਆਇਆ ਸੀਗਾ, ਜਿਹੜਾ ਯੂਕੇ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਵੀ ਅਵਤਾਰ ਸਿੰਘ ਖੰਡਾ ਜਿਹੜਾ ਬਲੱਡ ਕੈਂਸਰ ਦੇ ਨਾਲ ਉਹਦੀ ਮੌਤ ਹੋਈ ਹੈ। ਪਰ ਦੂਸਰੇ ਪਾਸੇ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਉਹ ਇਹ ਗੱਲ ਨੂੰ ਕਹਿ ਰਹੀਆਂ ਕਿ ਉਹ ਉਦੋਂ ਪਹਿਲਾਂ ਚੰਗਾ ਭਲਾ ਸੀਗਾ ਤੇ ਉਹਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਉਹ ਨਹੀਂ ਸੀ, ਹਾਲਾਂਕਿ ਹੋ ਸਕਦਾ ਉਹਨੂੰ ਕੋਈ ਬਿਮਾਰੀ ਹੋਵੇ, ਨਾ ਉਹਨੇ ਕਿਸੇ ਕੋਲੇ ਜ਼ਾਹਰ ਕੀਤੀ ਹੋਵੇ, ਇਹ ਵੀ ਗੱਲ ਹੋ ਸਕਦੀ ਹੈ। ਪਰ ਉਹ ਜਿਸ ਤਰ੍ਹਾਂ ਦਾ ਉਹਦੀ ਬਾਡੀ ਲੈਂਗੁਏਜ ਸੀ ਉਹਨੂੰ ਦੇਖ ਕੇ ਮਤਲਬ ਇਹ ਸ਼ੰਕਾ ਜਿਹੜੀ ਜ਼ਾਹਰ ਕੀਤੀ ਜਾ ਰਹੀ ਹੈ ਉਹਦੇ ਸਾਥੀਆਂ ਵੱਲੋਂ ਵੀ ਉਹ ਚੰਗਾ ਭਲਾ ਸੀਗਾ, ਉਹ 1-2 ਦਿਨਾਂ ਦੇ ਵਿੱਚ ਉਹਦੀ ਮੌਤ ਕਿਸ ਤਰ੍ਹਾਂ ਹੋ ਗਈ ਹੈ, ਤੇ ਇਹਦੇ ਵਿੱਚ ਕੋਈ ਨਾ ਕੋਈ ਜ਼ਹਿਰ ਦੇਣ ਦੀ ਗੱਲ ਵੀ ਆਈ ਜਾਂ ਉਹਨੂੰ ਇਸ ਤਰ੍ਹਾਂ ਕਿਹਾ ਗਿਆ ਵੀ ਉਹਨੂੰ ਕਿਸੇ ਹੋਰ ਢੰਗ ਦੇ ਨਾਲ ਮਾਰਿਆ ਗਿਆ ਹੈਗਾ। ਤੇ ਇਹਦੇ ਹੁਣ ਉਹਦੀ ਮੌਤ ਦੀ ਜਿਹੜੀ ਸ਼ੰਕਾ ਗੀ ਜਾਂਚ ਕਰਾਉਣ ਦੇ ਲਈ ਹੈ, ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਇੰਗਲੈਂਡ ਦੇ ਵਿੱਚ ਮਤਲਬ ਕੈਨੇਡਾ ਤੇ ਅਮਰੀਕਾ ਤੋਂ ਬਾਅਦ ਇੰਗਲੈਂਡ ਦੇ ਵਿੱਚ ਵੀ ਉਹਨੇ ਖਾਲਿਸਤਾਨੀਆਂ ਨੇ ਸਰਗਰਮ ਹੋਏ ਨੇ ਤੇ ਇਹਨਾਂ ਨੇ ਉੱਥੇ ਉਹਦੀ ਜਾਂਚ ਕਰਾਉਣ ਦੇ ਲਈ ਉਹਦੀ ਮੌਤ ਦੀ ਜਿਹੜੀ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਆ ਜਿਹੜਾ ਕੀਤਾ ਹੈਗਾ, ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਨਾਅਰੇਬਾਜ਼ੀ ਵੀ ਕੀਤੀ ਹੈ, ਬੈਨਰ ਵੀ ਲਾਏ ਨੇਗੇ। ਤੇ ਇਸ ਰੋਸ ਮੁਸ਼ਾਹਰੇ ਨੂੰ ਜਿਸ ਨੂੰ ਸੋਸ਼ਲ ਮੀਡੀਆ ਤੇ ਬਰਤਾਨਵੀ ਸਿੱਖਾਂ ਦੇ ਗਰੁੱਪ ਵੱਲੋਂ ਪ੍ਰਚਾਰਿਆ ਗਿਆ ਸੀਗਾ, ਤੇ ਇਹ ਦੱਸਿਆ ਜਾਂਦਾ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਵੱਲ ਵੀ ਇਹਨੇ ਧਿਆਨ ਖਿੱਚਣ ਦਾ ਜਿਹੜਾ ਯਤਨ ਹੈ ਉਸੇ ਕੀਤਾ ਗਾ। ਸੋਮਵਾਰ ਇਸ ਮੁਜ਼ਾਹਰੇ ਲਈ ਸੱਦੇ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਜਿਹੜੇ ਭਾਈ ਅਵਤਾਰ ਸਿੰਘ ਖੰਡਾ ਖਾਲਿਸਤਾਨੀ ਕਾਰਕੁਨ ਆਗੇ, ਉਹਨਾਂ ਦੀ ਸੱਕੀ ਮੌਤ ਸਣੇ ਸਿੱਖ ਹੋਰ ਸਿੱਖਾਂ ਦੇ ਘਰੇਲੂ ਮੁੱਦੇ ਵੀ ਇਸ ਮਾਮਲੇ ਦੇ ਵਿੱਚ ਉਠਾਏ ਜਾਣਗੇ। ਇੰਡੀਆ ਹਾਊਸ ਦੇ ਬਾਹਰ ਹੀ ਵੱਡਾ ਇਕੱਠ ਹੋਇਆ, ਪੁਲਿਸ ਅਧਿਕਾਰੀ ਬਿਨਾਂ ਵਰਦੀ ਤੋਂ ਉੱਥੇ ਤੈਨਾਤ ਕੀਤੇ ਗਏ, ਕਿਉਂਕਿ ਜਿਹੜਾ ਸਕਾਟਲੈਂਡ ਯਾਰਡ ਦੇ ਵੀ ਕਈ ਅਧਿਕਾਰੀ ਹੈ ਉਹ ਉੱਥੇ ਗਸ਼ਤ ਕਰਦੇ ਨਜ਼ਰ ਆਏ, ਕਿਉਂਕਿ ਉੱਥੋਂ ਦੀ ਜਿਹੜੀ ਇੰਗਲੈਂਡ ਦੀ ਸੁਰੱਖਿਆ ਦਸਤੇ ਨੇ ਉਹਨਾਂ ਨੂੰ ਸ਼ੱਕ ਜਾਂ ਉਹਨਾਂ ਨੂੰ ਇਹ ਖਦਸ਼ਾ ਸੀਗਾ ਵੀ ਕੋਈ ਨਾ ਕੋਈ ਜਿਹੜਾ ਕੋਈ ਨੁਕਸਾਨ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਇੱਥੇ ਅਣਸੁਖਾਵੀ ਘਟਨਾ ਜਿਹੜੀ ਨਾ ਵਾਪਰੇ। ਤੇ ਇਸੇ ਦੌਰਾਨ ਮਤਲਬ ਪੁਲਿਸ ਨੇ ਪੂਰੀ ਤਰ੍ਹਾਂ ਜਿਹੜਾ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਹੈ ਇੰਡੀਆ ਹਾਊਸ ਨੂੰ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਹੋਈ ਸੀਗੀ, ਤੇ ਦਸਤਾਰਧਾਰੀ ਸਿੱਖਾਂ ਦੇ ਗਰੁੱਪ ਨੂੰ ਉੱਧਰ ਜਾਣ ਤੋਂ ਰੋਕਿਆ ਜਾ ਰਿਹਾ ਸੀਗਾ। ਮੁਜ਼ਾਹਰਾਕਾਰੀਆਂ ਦੇ ਵਿੱਚ ਔਰਤਾਂ ਵੀ ਸ਼ਾਮਲ ਦੱਸੀਆਂ ਜਾਂਦੀਆਂ। 2-2.5 ਘੰਟੇ ਇਹ ਜਿਹੜਾ ਮੁਜ਼ਾਹਰਾ ਉੱਥੇ ਚੱਲਿਆ ਹੈਗਾ, ਜਿਹਦੇ ਵਿੱਚ ਭਾਸ਼ਣ ਦਿੱਤੇ ਗਏ ਹੈਗੇ, ਮਤਲਬ ਕਈ ਲੋਕਾਂ ਵੱਲੋਂ ਉੱਥੇ ਨਾਅਰੇਬਾਜ਼ੀ ਵੀ ਹੁੰਦੀ ਰਹੀ ਹੈਗੀ।
ਇੱਥੇ ਪੁਲਿਸ ਵੀ ਇਸ ਦੌਰਾਨ ਪੂਰਾ ਜਿਹੜਾ ਗਸ਼ਤ ਹੈ ਉਹਨਾਂ ਨੇ ਪੂਰੀ ਨਿਗਰਾਨੀ ਹੈ ਇਸ ਮਾਮਲੇ ਦੇ ਉੱਪਰ ਰੱਖੀ ਹੈ ਜੀ। ਤੇ ਇੱਥੇ ਦੱਸਿਆ ਜਾਂਦਾ ਵੀ ਜਦੋਂ ਪਹਿਲਾ ਜਿਹੜਾ ਸਿੱਖ ਫੈਡਰੇਸ਼ਨ ਯੂਕੇ ਹੈ ਉਹਨੇ ਲੰਡਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀਗਾ ਕਿ ਉਹ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਸ਼ੁਰੂ ਕਰਨ ਲਈ ਇੰਗਲੈਂਡ ਦੇ ਜਿਹੜੇ ਬੇਲਜ ਦੇ ਚੀਫ ਕੋਰੋਨਰ ਨੇ ਉਹਨਾਂ ਨੂੰ ਬੇਨਤੀ ਕਰਨਗੇ। ਤੇ ਇਹ ਵੀ ਜੂਨ ਮਹੀਨੇ ਦੇ ਵਿੱਚ ਖੰਡਾ ਦੀ ਜਿਹੜੀ ਬਰਗਮ ਦੇ ਵਿੱਚ ਮੌਤ ਹੋਈ ਸੀ 45 ਸਾਲ ਦੀ ਉਮਰ ਦਾ ਇਹ ਨੌਜਵਾਨ ਸੀਗਾ। ਤੇ ਉਦੋਂ ਇਹਦੀ ਮੌਤ ਤੋਂ ਬਾਅਦ ਜਿਹੜੀ ਬੈਸ ਨੇ ਬਿਡਲਾਈਨ ਪੁਲਿਸ ਹੈ ਉਹਨੇ ਕਿਹਾ ਸੀਗਾ ਵੀ ਇਹਦੇ ਵਿੱਚ ਮਾਮਲੇ ਦੇ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਕਿਉਂਕਿ ਪੋਸਟਮਾਰਟਮ ਦੇ ਵਿੱਚ ਜਿਹੜਾ ਬਲੱਡ ਕਾਰਨ ਇਹਨਾਂ ਦੀ ਮੌਤ ਦਾ ਜਿਹੜਾ ਬਲੱਡ ਕੈਂਸਰ ਹੈ ਇਹਨਾਂ ਦੀ ਮੌਤ ਦਾ ਕਾਰਨ ਦੱਸਿਆ ਗਿਆ ਸੀਗਾ। ਤੇ ਫਿਲਹਾਲ ਮਤਲਬ ਇਸ ਮਾਮਲੇ ਨੂੰ ਲੈ ਕੇ ਵੀ ਤੂਲ ਹੈ ਜਿਹੜਾ ਉਹ ਕਾਫੀ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਖੰਡਾ ਦੀ ਮੌਤ ਹੈ ਇਹ ਵੀ ਉਸੇ ਤਰ੍ਹਾਂ ਦੀ ਮੌਤ ਹੈ ਜਿਸ ਤਰ੍ਹਾਂ ਦੀ ਹਰਦੀਪ ਸਿੰਘ ਨਿੱਜਰ ਦੀ ਹੈ। ਸੋ ਇਹ ਖਾਲਿਸਤਾਨੀ ਧਿਰਾਂ ਨੂੰ ਇਸ ਤਰ੍ਹਾਂ ਪ੍ਰਚਾਰ ਰਹੀਆਂ ਨੇ। ਬਿਲਕੁਲ ਸੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਬਾਰੇ ਗੱਲ ਕਰੀਏ ਤਾਂ ਸਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਹੈ, ਸੋ ਕਿਹਾ ਜਾ ਰਿਹਾ ਹੈ ਕਿ ਇੱਕ ਹੜਤਾਲ ਆਪਣੇ ਸਾਥੀਆਂ ਦੇ ਸਮੇਤ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ, ਕਿਉਂਕਿ ਉਹਨਾਂ ਦੀ ਧਰਮ ਪਤਨੀ ਕਿਰਨਦੀਪ ਕੌਰ ਦੇ ਵੱਲੋਂ ਸਮੇਂ ਸਮੇਂ ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਨੇ, ਸੋ ਜੋ ਵੀ ਸਮੱਸਿਆਵਾਂ ਉੱਥੇ ਪੇਸ਼ ਆ ਰਹੀਆਂ ਹੁੰਦੀਆਂ ਨੇ ਜਾਂ ਜੋ ਵੀ ਹੜਤਾਲ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵੱਲੋਂ ਵਿਚਾਰ ਚਰਚਾ ਜੋ ਹੈ ਸਮਰਥਕਾਂ ਦੇ ਨਾਲ ਵੀ ਹਮੇਸ਼ਾ ਕੀਤੀ ਜਾਂਦੀ ਹੈ, ਸੋ ਇਹ ਕੀ ਹੈ ਪੂਰਾ ਮਾਮਲਾ, ਕੀ ਉਹਨਾਂ ਨੂੰ ਸਮੱਸਿਆਵਾਂ ਜੋ ਹੈ ਪੇਸ਼ ਆ ਰਹੀਆਂ, ਕਿਸ ਚੀਜ਼ ਨੂੰ ਲੈ ਕੇ ਜਾਣਨਾ ਚਾਹਾਂਗੇ ਕਿ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ? ਅਮਰੀਤ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਮਤਲਬ ਉਹਨਾਂ ਨੇ ਇੱਕ ਚਿੱਠੀ ਹੈ ਜਿਹੜੀ ਉਹ ਵੀ ਪਾਈ ਸੀਗੀ। ਉਹਨਾਂ ਨੇ ਇੱਕ ਪੱਤਰ ਸ਼ਿਕਾਇਤ ਪੱਤਰ ਹੈ ਜਿਹੜਾ ਉਹ ਅੰਮ੍ਰਿਤਸਰ ਦੇ ਡੀਸੀ ਨੂੰ ਲਿਖਿਆ ਸੀ, ਉੱਥੋਂ ਦੇ ਜਿਹੜਾ ਜੇਲ੍ਹ ਅਧਿਕਾਰੀ ਹੈ ਉਹਨਾਂ ਦੇ ਰਾਹੀਂ ਜੇਲ੍ਹ ਸੁਪਰਡੈਂਟ ਨੂੰ ਲਿਖੀ ਸੀ ਉਹ ਚਿੱਠੀ। ਤੇ ਉਹ ਵੀ ਜਨਤਕ ਹੋਈ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਉਹਨਾਂ ਦੀ ਪਤਨੀ ਹੈ ਜਿਹਨਾਂ ਦੇ ਪਰਿਵਾਰਕ ਮੈਂਬਰ ਹੈ, ਸੋ ਉਹਨਾਂ ਦਾ ਪਹਿਲਾਂ ਤਾਂ ਇਹ ਵੀ ਸੀਗਾ ਕਿ ਉਹਨਾਂ ਨੂੰ ਮਿਲਣ ਦਾ ਜਿਹੜਾ ਸਮਾਂ ਉਹ ਨਹੀਂ ਪੂਰਾ ਦਿੱਤਾ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੀ। ਉਹ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਸੀ ਵੀ ਉਹਨਾਂ ਦਾ ਜਿਹੜਾ ਵਕੀਲ ਹੈ ਰਾਜਦੇਵ ਸਿੰਘ ਖਾਲਸਾ ਜਿਹੜਾ ਉਹਨਾਂ ਨੇ ਵਕੀਲ ਕਰਿਆ, ਸਾਬਕਾ MP ਹੈਗਾ, ਮੈਂਬਰ ਪਾਰਲੀਮੈਂਟ ਹੈ ਸੰਗਰੂਰ ਤੋਂ ਤੇ ਸਾਡੇ ਬਰਨਾਲੇ ਦੇ ਰਹਿਣ ਵਾਲੇ ਨੇ, ਉਹ ਇੱਕ ਵਾਰ ਉਹਨਾਂ ਨਾਲ ਮੁਲਾਕਾਤ ਕਰੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਹੈ ਜਿਹੜੀ ਵਕੀਲ ਨੂੰ ਨਹੀਂ ਦਿੱਤੀ ਜਾ ਰਹੀ ਹੈਗੀ। ਸੋ ਇਸ ਮਾਮਲੇ ਨੂੰ ਲੈ ਕੇ ਵੀ ਉਹ ਮਤਲਬ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਉਹ ਜਿਹੜਾ ਹੜਤਾਲ ਕਰਨਗੇ ਤੇ ਭੁੱਖ ਹੜਤਾਲ ਕਰਨਗੇ ਜਾਂ ਕੋਈ ਐਜੀਟੇਸ਼ਨ ਹੈ ਜਿਹੜਾ ਉਹ ਵਿੱਢਣਗੇ। ਤੇ ਇਹਦੇ ਨਾਲ ਨਾਲ ਇੱਕ ਵੀਡੀਓ ਹੈ ਜਿਹੜਾ ਉਹ ਬਾਜੇ ਕੇ ਆ ਪ੍ਰਧਾਨ ਮੰਤਰੀ ਬਾਜੇ ਕੇ, ਤੇ ਉਹਦੀ ਆਪਣੀ ਮਾਂ ਦੇ ਨਾਲ ਇੱਕ ਆਡੀਓ ਹੈ ਜਿਹੜੀ ਆਈ ਸੀਗੀ ਉਹ ਵੀ ਬਾਹਰ ਵਾਇਰਲ ਹੋਈ ਆ। ਉਹਦੇ ਵਿੱਚ ਵੀ ਕਿਹਾ ਗਿਆ ਸੀ ਵੀ ਉਹਨਾਂ ਨੂੰ ਜਿਹੜਾ ਉੱਥੇ ਖਾਣਾ ਪੀਣਾ ਜਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ। ਤੇ ਉਹਨਾਂ ਨੇ ਇਹ ਵੀ ਖਾਸਾ ਮਤਲਬ ਪ੍ਰਗਟਾਇਆ ਸੀਗਾ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਸੇ ਤਰ੍ਹਾਂ ਕਿਤੇ ਖਤਮ ਹੀ ਨਾ ਕਰ ਦਿੱਤਾ ਜਾਵੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਸੀਗੀਆਂ। ਸੋ ਲੱਗਦਾ ਇਹ ਹੈ ਵੀ ਉੱਥੇ ਕੁਝ ਨਾ ਕੁਝ ਇਸ ਤਰ੍ਹਾਂ ਦਾ ਜੇਲ੍ਹ ਦੇ ਵਿੱਚ ਕੋਈ ਵਰਤਾਰਾ ਇਸ ਤਰ੍ਹਾਂ ਦਾ ਵਾਪਰ ਰਿਹਾ ਜਿਹਨੂੰ ਲੈ ਕੇ ਮਤਲਬ ਉਹ ਲਗਾਤਾਰ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰ ਰਿਹਾ, ਪਰ ਦੂਰ ਦੁਰਾਡੇ ਹੋਣ ਕਰਕੇ ਉਹਨਾਂ ਦੀ ਗੱਲ ਹੈ ਜਿਹੜੀ ਬਹੁਤੀ ਪੰਜਾਬ ਤੱਕ ਨਹੀਂ ਆ ਰਹੀ ਹੈ। ਤੇ ਇਹਦੇ ਨਾਲ ਨਾਲ ਹੁਣ ਜਿਹੜੇ ਰਾਜਦੇਵ ਸਿੰਘ ਖਾਲਸਾ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਹੁਣ ਭੁੱਖ ਹੜਤਾਲ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਇਹ ਗੱਲ ਹੈ ਜਿਹੜੀ ਬਾਹਰ ਕੱਢੀ ਆ। ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਪਣੇ 10 ਹੋਰ ਸਾਥੀਆਂ ਸਮੇਤ ਜਿਹੜੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਤੇ ਇਹ ਜਾਣਕਾਰੀ ਹੈ ਜਿਹੜੀ ਅੰਮ੍ਰਿਤਪਾਲ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਅੰਮ੍ਰਿਤਪਾਲ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਉਹ ਇਹ ਭੁੱਖ ਹੜਤਾਲ ਨਿਰੰਤਰ ਜਾਰੀ ਰੱਖਣਗੇ। ਸੋ ਇਹ ਗੱਲ ਉਹਨਾਂ ਦੇ ਵਕੀਲ ਵੱਲੋਂ ਆਈ ਹੈ। ਤੇ ਉਹਨਾਂ ਦਾ ਵੱਡਾ ਮਤਲਬ ਇਹ ਹੈ ਉਹਨਾਂ ਦੀ ਜਿਹੜੀ ਕਾਨੂੰਨੀ ਚਾਰਾ ਜੋਈ ਹੈ ਉਹ ਉਸ ਤਰ੍ਹਾਂ ਨਹੀਂ ਹੋ ਰਹੀ, ਕਿਉਂਕਿ ਉਹਨਾਂ ਨੂੰ ਵਕੀਲਾਂ ਨੂੰ ਆਪਣੇ ਵਕੀਲਾਂ ਦੇ ਨਾਲ ਜਿਹੜਾ ਸੰਪਰਕ ਕਰਨਾ ਜਾਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਹੈ। ਜੀ ਵਨੀਤ ਜੀ, ਤੇ ਇਸੇ ਦੇ ਚੱਲਦੇ ਸਰ ਆਪਾਂ ਹਰ ਰੋਜ਼ ਦੀ ਤਰ੍ਹਾਂ ਹੀ ਡਿਸਕਸ ਕਰਦੇ ਹਾਂ ਕਿ ਛਾਪੇਮਾਰੀਆਂ ਹਰ ਰੋਜ਼ ਦੀ ਤਰ੍ਹਾਂ ਹੀ ਹੁੰਦੀਆਂ, ਸੋ ਇੱਕ ਖਬਰ ਵੱਡੀ ਅੱਜ ਸਾਹਮਣੇ ਆ ਰਹੀ ਸੀ ਕਿ ਨਿਊਜ਼ ਕਲਿੱਕ ਦੇ ਜੋ ਪੱਤਰਕਾਰ ਹੈ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਪੱਤਰਕਾਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ, ਕਿਉਂਕਿ ਪਹਿਲਾਂ ਵੀ ਕੁਝ ਅਜਿਹੇ ਇਲਜ਼ਾਮ ਇਹਨਾਂ ਤੇ ਲੱਗੇ ਸੀ ਕਿ ਚੀਨ ਦੇ ਵੱਲੋਂ ਇਹਨਾਂ ਨੂੰ ਫੰਡਿੰਗ ਕੀਤੀ ਜਾਂਦੀ ਹੈ। ਈਡੀ ਦੇ ਕੋਲ ਮਾਮਲਾ ਪਹੁੰਚਿਆ ਸੀ ਪੂਰੇ ਮਾਮਲੇ ਤੇ ਜੋ ਹੈ ਜਾਂਚ ਕੀਤੀ ਜਾ ਰਹੀ ਸੀ ਤੇ ਹੁਣ ਇਹ ਲਗਾਤਾਰ ਜੋ ਹੈ ਛਾਪੇਮਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ, ਕੀ ਹੈ ਮਾਮਲਾ ਇਹ ਪੂਰਾ? ਬਿਲਕੁਲ ਜੀ, ਦਿੱਲੀ ਦੇ ਵਿੱਚ ਨਿਊਜ਼ ਕਲਿੱਕ ਜਿਹੜਾ ਨਿਊਜ਼ ਪੋਰਟਲ ਹੈ ਉਹਦੇ ਨਾਲ ਜੁੜੇ ਹੋਏ ਕਈ ਪੱਤਰਕਾਰਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਹੈ ਜਿਹੜੀ ਉਹ ਕੀਤੀ ਗਈ ਹੈ।
ये दिल्ली की पुलिस की जो स्पैशल सैल है इन्हें मतलब ये न्यूज पोर्टल उपर जिम्मे पहला ही दसिया भी ये उपर ये आरोप लगे थे भी इन कोई फंडिंग है जी वो चीन तो हो रही है तो तहत ही ये खिलाफ है जेड़ा वो गैर कानूनी अतवादी रोकथाम एक्ट जिन्होंने UAPA कहने आप UAPA तहत ये उपर मुकदमा जेड़ा दर्ज किया गया उसी मामले के हम न्यूज ऑनलाइन न्यूज पोर्टल है जेड़ा ये न्यूज क्लिक ये पत्रकारां दे नाल संबंधित 30 ठिकाणियां दे उपर अज छापेमारी की गई है ते पुलिस ने इहदा दफ्तर है जेड़ा उहनूं भी सील कर दिता गा ते इही मतलब दोष इहदे ते इही है कि इह चीन दे प्रचार लई उहनां तों पैसे पूसे कोई लै रिहा गा तो इहदे विच किन्नी सच्चाई है इहदे बारे तां नहीं कहा जा सकदा वी उह तां अजे जांच दा विषय गा ते इहदे नाल जुड़े होए कई पत्रकारां दे घरां दे उपर भी अज सवेरे दिल्ली पुलिस वालों छापेमारी की गई है तो दूसरे पासे प्रेस क्लब भी कहा कि पत्रकारां ते न्यूज क्लिक नाल जुड़े हुए जिहड़े लोग ने उन्हां दे घरां दे उपर जिहड़ी छापेमारी की गई है बेचिंताजनक है ते असीं इस मामले दे उपर नजर बनाई हुई है असीं पत्रकारां दे नाल खड़े हां ते सरकार तों मंग करदे हां कि वो जिहड़ी इस संबंध दे विच प्रेस क्लब इंडिया नूं जिहड़ी जानकारी है वो दित्ती जावे वी असल विच मामला की है पत्रकारां दे घरां दे उपर छापे क्यों मारे जा रहे हैगे ਤੇ ਕੁਝ ਸਮਾਂ ਪਹਿਲਾਂ ਇਹਦੇ ਉੱਪਰ ਜਿਵੇਂ ਤੁਸੀਂ ਦੱਸਿਆ ਵੀ ਉਹ ਚੀਨ ਤੋਂ ਫੰਡਿੰਗ ਦੇ ਇਲਜ਼ਾਮ ਆ ਜਿਹੜੇ ਲੱਗੇ ਸੀਗੇ ਈਡੀ ਨੇ ਮਾਮਲਾ ਦਰਜ ਕੀਤਾ ਸੀ ਜਾਂਚ ਵੀ ਸ਼ੁਰੂ ਕੀਤੀ ਹੋਈ ਹੈ ਜੀ ਤੇ ਹੁਣ ਇਸ ਇੱਕ ਗੱਲ ਇਹਦੀ ਚਾਹੀਏ ਵੀ ਅਜੇ ਤੱਕ ਇਹਦੀ ਗ੍ਰਿਫਤਾਰੀ ਆ ਜਿਹੜੀ ਉਹ ਕੋਈ ਨਹੀਂ ਕੀਤੀ ਗਈ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਪਰ ਮਤਲਬ ਦਿੱਲੀ ਪੁਲਿਸ ਨੇ ਅਜੇ ਇਹਦੇ ਬਾਰੇ ਕੋਈ ਦੱਸਿਆ ਵੀ ਹੈ ਨਹੀਂ ਗਾ ਵੀ ਉਹਨਾਂ ਨੇ ਇਹਦੇ ਵਿੱਚ ਕੀ ਕਾਰਵਾਈ ਆ ਜਿਹੜੀ ਕੀਤੀ ਹੈ ਕਿਉਂ ਗ੍ਰਿਫਤਾਰੀ ਕੀਤੀ ਹੈ ਨਹੀਂ ਕੀਤੀ ਹੈ ਪਰ ਫਿਲਹਾਲ ਪਤਾ ਲੱਗਿਆ ਵੀ ਕੋਈ ਗ੍ਰਿਫਤਾਰ ਆ ਜਿਹੜਾ ਨਹੀਂ ਕੀਤਾ ਗਿਆ ਪੱਤਰਕਾਰ ਅਭਿਸਾਰ ਸ਼ਰਮਾ ਜਿਹੜੇ ਕਿ ਇੱਕ ਕਾਫੀ ਨਾਮਵਰ ਪੱਤਰਕਾਰ ਨੇ ਉਹਨਾਂ ਨੇ ਵੀ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਮੇਰੇ ਘਰੇ ਆਈ ਸੀਗੀ ਤੇ ਪੁਲਿਸ ਮੇਰਾ ਲੈਪਟਾਪ ਤੇ ਫੋਨ ਹੈ ਜਿਹੜਾ ਉਹ ਲੈ ਕੇ ਜਾ ਰਹੀ ਹੈ ਸੋ ਇਹ ਉਹਨਾਂ ਨੇ ਇੱਕ ਟਵੀਟ ਹੈ ਜਿਹੜਾ ਕੀਤਾ ਕਿਉਂਕਿ ਉਹ ਵੀ ਇਸ ਮਤਲਬ ਨਿਊਜ਼ ਪੋਰਟਲ ਦੇ ਨਾਲ ਜੁੜੇ ਹੋਏ ਨੇ ਜੀ ਸੋ ਇਹ ਕਿਹਾ ਇਹ ਜਾਂਦਾ ਮਤਲਬ ਬਹੁਤੀਆਂ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਜਿਹੜੀ ਚਰਚਾ ਹੁੰਦੀ ਹੈ ਕਿ ਉਹ ਹੈ ਜਿਹੜੀ ਆਪਾਂ ਨਿਰਪੱਖ ਤੌਰ ਤੇ ਗੱਲ ਆਪਾਂ ਕਰ ਸਕਦੇ ਹਾਂ ਦੋਨੇ ਧਿਰਾਂ ਦੀ ਜਦੋਂ ਗੱਲ ਕਰਦੇ ਹਾਂ ਵੀ ਸਰਕਾਰ ਵੱਲੋਂ ਤਾਂ ਦੋਸ਼ ਹੈ ਵੀ ਚੀਨ ਦੇ ਫੰਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਇਹ ਵੀ ਹੈ ਵੀ ਜਿਹੜੀ ਹੈ ਸਰਕਾਰ ਦੀਆਂ ਨੁਕਤਾਚੀਨੀ ਕਰਦੇ ਨੇ ਜਾਂ ਸਰਕਾਰ ਦੇ ਉੱਪਰ ਜ਼ਿਆਦਾ ਉਂਗਲਾਂ ਠੋਕਦੇ ਨੇਗੇ ਉਹ ਚਾਹੇ ਕੇਂਦਰ ਦੀ ਸਰਕਾਰ ਆ ਤੇ ਚਾਹੇ ਉਹ ਕਿਸੇ ਸੂਬੇ ਦੀ ਸਰਕਾਰ ਆ ਉਹ ਬਰਦਾਸ਼ਤ ਨਹੀਂ ਕਰ ਰਹੀ ਹੈ ਸੋ ਇਸ ਗੱਲ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਜਦੋਂ G20 ਸੰਮੇਲਨ ਚੱਲਿਆ ਸੀਗਾ ਤਾਂ ਉਸ ਵੇਲੇ ਚਾਹੇ ਜੋ ਬਾਈਡਨ ਨੇ ਭਾਰਤ ਦੇ ਵਿੱਚ ਤਾਂ ਗੱਲ ਨਹੀਂ ਕੀਤੀ ਪਰ ਵੀਤਨਾਮ ਦੇ ਵਿੱਚ ਜਾ ਕੇ ਜਿਹੜੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਤੇ ਜ਼ਿਕਰ ਕੀਤਾ ਸੀਗਾ ਕਿ ਅਸੀਂ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੀ ਗੱਲ ਵੀ ਜਿਹੜੀ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਹੈ ਤੇ ਵੀ ਉਹਦੇ ਕੀ ਹਾਲ ਆ ਘੱਟ ਗਿਣਤੀਆਂ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਸੀਗੀ ਸੋ ਇਸ ਤਰ੍ਹਾਂ ਦਾ ਮਤਲਬ ਇਹ ਪ੍ਰੈਸ ਦੀ ਆਜ਼ਾਦੀ ਦਾ ਮਾਮਲਾ ਵੀ ਕਿਤੇ ਨਾ ਕਿਤੇ ਇਹਦੇ ਨਾਲ ਜੁੜਿਆ ਹੁੰਦਾ ਹੈਗਾ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇਗੀਆਂ ਤੇ ਉਹ ਪੂਰੇ ਸੰਸਾਰ ਦੇ ਵਿੱਚ ਗੱਲ ਜਾਂਦੀ ਹੈ ਜਦੋਂ ਕਿਸੇ ਵੀ ਤੁਸੀਂ ਮਤਲਬ ਨਿਊਜ਼ ਅਦਾਰੇ ਦੇ ਉੱਪਰ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਪਰ ਇਹਦੇ ਵਿੱਚ ਹੁਣ ਜਾਂਚ ਚੱਲ ਰਹੀ ਹੈ ਸੱਚਾਈ ਕੀ ਹੈ ਉਹਦੇ ਬਾਰੇ ਤਾਂ ਜੀ ਕੁਝ ਨਹੀਂ ਕਿਹਾ ਜਾ ਸਕਦਾ ਹੈਗਾ ਪਰ ਪੱਤਰਕਾਰਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਇਹ ਵੀ ਕਿਸੇ ਤਰ੍ਹਾਂ ਵਾਜਬ ਨਹੀਂ ਮੰਨਿਆ ਜਾਂਦਾ ਸੋ ਪ੍ਰੈਸ ਕਲੱਬ ਇੰਡੀਆ ਦਾ ਮਤਲਬ ਇਹ ਸਲਾਹਗਾ ਜੋ ਕਦਮ ਹੈ ਕਿ ਉਹ ਪੱਤਰਕਾਰਾਂ ਦੇ ਨਾਲ ਖੜੇ ਨੇ ਤੇ ਪੱਤਰਕਾਰਾਂ ਦੇ ਹੱਕਾਂ ਦੀ ਗੱਲ ਹੈ ਜਿਹੜੀ ਪ੍ਰੈਸ ਕਲੱਬ ਇੰਡੀਆ ਨੇ ਕੀਤੀ ਹੈ ਜੀ ਬਨੀਤ ਬਿਲਕੁਲ ਬਿਲਕੁਲ ਸਰ ਇਸ ਦੇ ਨਾਲ ਅਗਰ ਆਪਾਂ ਗੱਲ ਕਰੀਏ ਇੰਡੀਆ ਗਠਜੋੜ ਦੇ ਬਾਰੇ ਜੋ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਲੱਗਦਾ ਹੈ ਕਿ ਡਗਮਗਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇੱਕ ਪਾਸੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਇਹ ਚੀਜ਼ ਕਹੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਕੀਤਾ ਗਿਆ ਗਠਜੋੜ ਹੈ ਕਾਂਗਰਸ ਪਾਰਟੀ ਦੇ ਲਈ ਡੈਥ ਵਰੰਟ ਸਾਬਿਤ ਹੋਊਗਾ ਲੇਕਿਨ ਦੂਜੇ ਪਾਸੇ ਅਗਰ ਆਪਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜੋ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਹੀ ਕਹਿਣਾ ਸੀ ਕਿ ਇਸ ਗ੍ਰਿਫਤਾਰੀ ਨੂੰ ਵਿੱਚ ਨਾ ਲਿਆ ਜਾਵੇ ਅਜੇ ਤੱਕ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜੋ ਇੰਡੀਆ ਗਠਜੋੜ ਹੈ ਉਹ ਪਹਾੜ ਦੇ ਵਾਂਗ ਖੜਾ ਹੋਇਆ ਸੋ ਤੁਹਾਨੂੰ ਲੱਗਦਾ ਕਿ ਕਾਂਗਰਸ ਪਾਰਟੀ ਆਪਸ ਦੇ ਵਿੱਚ ਹੀ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਹਾਂ ਬਿਲਕੁਲ ਜੀ ਇਹ ਮਾਮਲਾ ਮਤਲਬ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਇਸੇ ਤਰ੍ਹਾਂ ਹੀ ਹੈ ਮਾਮਲਾ ਪੰਜਾਬ ਦੇ ਜਿਹੜੇ ਆਗੂ ਨੇ ਉਹ ਕੋਈ ਕੁਝ ਬੋਲ ਰਿਹਾ ਕਾਂਗਰਸ ਦਾ ਕੁਝ ਬੋਲ ਰਿਹਾ ਹੈਗਾ ਸੋ ਅਜੇ ਇੱਕ ਸੋਰਾ ਜਿਹੜੀ ਨਹੀਂ ਹੋ ਰਹੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਮਲਕ ਅਰਜੁਨ ਖੜਗੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਔਰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪਾਰਲੀ ਪਾਰਟੀ
ਪਾਰਲੀਮਾਨੀ ਜਿਹੜੇ ਉਹਨਾਂ ਦੇ ਮੁਖੀ ਨੇ ਜੀ, ਉਹਨਾਂ ਨੇ ਗੱਲ ਕੀਤੀ ਜੀ ਹੈ ਕਿ ਜਿਹੜੇ ਪੰਜਾਬ ਦੇ ਗੱਠਜੋੜ ਦਾ ਜਿਹੜੇ ਗੱਲ ਆ ਉਹ ਸੂਬੇ ਦੇ ਪੱਧਰ ਦੀ ਲੀਡਰਸ਼ਿਪ ਦੇ ਉੱਪਰ ਛੱਡੀ ਜਾਣੀ ਹੈ, ਉਹਨਾਂ ਦੀ ਰਾਏ ਮਸ਼ਵਰੇ ਨਾਲ ਹੋਣੀ ਹੈ ਕਿ ਉੱਥੇ ਗੱਠਜੋੜ ਹੋਣਾ ਜਾਂ ਨਹੀਂ ਹੋਣਾ ਹੈਗਾ। ਪਰ ਦੂਜੇ ਪਾਸੇ ਜਿਸ ਤਰ੍ਹਾਂ ਮਤਲਬ ਗੱਠਜੋੜ ਦੀ ਗੱਲ ਚੱਲ ਰਹੀ ਹੈ, ਉਹ ਜਿਵੇਂ ਤੁਸੀਂ ਨਵਜੋਤ ਸਿੱਧੂ ਦੀ ਗੱਲ ਕੀਤੀ, ਉਹ ਕਹਿ ਰਿਹਾ ਵੀ ਇਹ ਪਹਾੜ ਵਾਂਗ ਇੱਕ ਤਰ੍ਹਾਂ ਟਿਕਿਆ ਖੜਾ, ਇਸੇ ਤਰ੍ਹਾਂ ਰਵਨੀਤ ਬਿੱਟੂ ਹੈ। ਉਹਨੇ ਕੱਲ ਇਹਨਾਂ ਦੇ ਉੱਪਰ ਹੀ ਸਵਾਲ ਉਠਾਤੇ ਸੀਗੇ ਰਵਨੀਤ ਬਿੱਟੂ ਨੇ ਤਾਂ, ਕਿ ਵੀ ਜੇ ਇਹ ਮਤਲਬ ਜਿਹੜੇ ਬੰਦੇ ਇਸ ਗੱਲ ਤਰ੍ਹਾਂ ਕਹਿ ਰਹੇ ਨੇ ਕਿ ਗੱਠਜੋੜ ਪੰਜਾਬ ਦੇ ਵਿੱਚ ਮਤਲਬ ਨਹੀਂ ਹੋਣਾ ਚਾਹੀਦਾ, ਤਾਂ ਉਹਨਾਂ ਨੂੰ ਮਤਲਬ ਇਹ ਗੱਲ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਜੇ ਗੱਠਜੋੜ ਹੁੰਦਾ ਤਾਂ ਉਹ ਕਿਤੋਂ ਵੀ ਟਿਕਟ ਨਹੀਂ ਮਤਲਬ ਚੋਣ ਨਹੀਂ ਲੜਨਗੇ। ਉਹਨਾਂ ਨੇ ਖਾਸ ਕਰਕੇ ਤਿੰਨ ਆਗੂਆਂ ਦੇ ਜਿਹੜੇ ਨਾਮ ਆ ਉਹ ਲਏ ਸੀਗੇ, ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਵੀ ਨਾਮ ਸੀਗਾ ਤੇ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਵੀ ਲਿਆ ਸੀਗਾ, ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਨੂੰ ਸਪਸ਼ਟ ਹੀ ਕਰ ਦੇਣਾ ਚਾਹੀਦਾ। ਉਹ ਪਿੱਛੇ ਰਾਜਾ ਬਣਿੰਗ ਦੀ ਵੀ ਗੱਲ ਕੀਤੀ ਸੀ ਕਿ ਇਹ ਤਿੰਨੇ ਬੰਦੇ ਸਪਸ਼ਟ ਕਰ ਦੇਣ ਵੀ ਜੇ ਗੱਠਜੋੜ ਹੁੰਦਾ ਫਿਰ ਇਹ ਚੋਣ ਨਹੀਂ ਲੜਨਗੇ ਪੰਜਾਬ ਤੋਂ। ਪਰ ਉਸੇ ਦੇ ਦਰਮਿਆਨ ਹੁਣ ਜਿਹੜਾ ਦੁਬਾਰੇ ਆਪਾਂ ਕਹਿ ਸਕਦੇ ਹਾਂ ਵੀ ਉਹ ਉਸ ਜਿਹੜਾ ਬਿੱਟੂ ਵਾਲਾ ਬਿਆਨ ਹੈ ਉਹਦੇ ਉੱਪਰ ਹੀ ਦੁਬਾਰੇ ਫਿਰ ਪ੍ਰਤਾਪ ਸਿੰਘ ਬਾਜਵਾ ਨੇ ਉਹਦਾ ਜਿਹੜਾ ਮੋੜਵਾਂ ਜਵਾਬ ਇਹ ਦਿੱਤਾ ਹੈ ਕਿ ਇਹ ਇੱਕ ਤਰ੍ਹਾਂ ਨਾਲ ਜਿਹੜਾ ਡੈਥ ਵਾਰੰਟ ਹੈ, ਮੌਤ ਦੇ ਵਾਰੰਟ ਉੱਤੇ ਦਸਤਖਤ ਕਰਨ ਵਾਲੀ ਗੱਲ ਹੋਊਗੀ ਜੇ ਪੰਜਾਬ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰਦੀ ਹੈਗੀ। ਤੇ ਇਹਦੇ ਨਾਲ ਹੁਣ ਮਤਲਬ ਉਹ ਕਹਿੰਦੇ ਆ ਵੀ ਅਸੀਂ ਪੰਜਾਬ ਦੀ ਕਾਂਗਰਸ ਨੂੰ ਕਿਸੇ ਤਰ੍ਹਾਂ ਤਬਾਹ ਨਹੀਂ ਹੋਣ ਦੇਵਾਂਗੇ, ਤੇ ਮਤਲਬ ਇਸ ਗੱਠਜੋੜ ਤੋਂ ਬਾਹਰ ਰਹਿਣ ਦੀ ਗੱਲ ਹੈ ਜਿਹੜੀ ਉਹ ਕਹਿ ਰਹੇ ਨੇ ਗੇ। ਤੇ ਬਾਜਵਾ ਦਾ ਇਹ ਮਤਲਬ ਜਿਹੜਾ ਸਖ਼ਤ ਰੁੱਖ ਹੈ, ਇੱਕ ਤਰ੍ਹਾਂ ਲੱਗਦਾ ਵੀ ਇਹ ਜਿਹੜਾ ਗੱਠਜੋੜ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਆ ਜਾਂ ਕਾਫੀ ਡੈਂਟ ਹੈ ਜਿਹੜਾ ਇਹ ਪਾਊਗਾ ਜੇ ਇਸ ਤਰ੍ਹਾਂ ਹੀ ਮਤਲਬ ਇਹ ਬੋਲ ਬਾਣੀ ਆ ਜਿਹੜੀ ਇਹਦੀ ਚੱਲਦੀ ਰਹੀ। ਤੇ ਇੱਧਰ ਇੱਥੋਂ ਤੱਕ ਕਹੀ ਜਾਂਦੇ ਆ ਵੀ ਕਾਂਗਰਸ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਜਲਦੀ ਡੇਗ ਤੂੰ ਪੰਜਾਬ ਦੇ ਵਿੱਚ, ਸੋ ਇਹ ਵੀ ਇੱਕ ਹਾਸੋਹੀਣੀ ਜੀ ਗੱਲ ਲੱਗਦੀ ਹੈ ਕਿਉਂਕਿ ਦੋਹਾਂ ਧਿਰਾਂ ਦੇ ਵਿੱਚ ਕੜੱਤਣ ਜਿਸ ਤਰ੍ਹਾਂ ਭਰਦੀ ਜਾ ਰਹੀ ਹੈ, ਜਿਹਨੂੰ ਕਿ ਉੱਧਰ ਹੁਣ 92 ਵਿਧਾਇਕ ਨੇ ਉਹਨਾਂ ਦੀ ਸਰਕਾਰ ਡੇਗਣੀ, ਤਾਂ ਇਹ ਤਾਂ ਇੱਕ ਮਤਲਬ ਵੀ ਆਪਾਂ ਕਹਿੰਦੇ ਮੰਗੇਰੀ ਲਾਲ ਦੇ ਸੁਪਨੇ ਵਾਲੀ ਗੱਲ ਹੈ ਜੀ। ਇਸ ਤਰ੍ਹਾਂ ਚੱਲਦੀ ਸਰਕਾਰ ਨੂੰ ਕਿਵੇਂ ਮਤਲਬ ਐਡੇ ਬਹੁਮਤ ਵਾਲੀ ਸਰਕਾਰ ਨੂੰ ਕਾਂਗਰਸ ਕਿਵੇਂ ਤੋੜ ਸਕਦੇ ਨੇ, ਕਿਵੇਂ ਡੇਗ ਸਕਦੀ ਹੈ। ਸੋ ਲੱਗਦਾ ਵੀ ਇਹਦੇ ਵਿੱਚ ਪਹਿਲਾਂ ਵੀ ਆਪਾਂ ਗੱਲ ਕੀਤੀ ਸੀਗੀ ਕਿ ਇਹ ਅਸਲ ਦੇ ਵਿੱਚ ਜਿਹੜਾ ਮਾਮਲਾ ਨਾ ਪੰਜਾਬ ਦੇ ਵਿੱਚ ਕਾਂਗਰਸ ਦਾ ਵੱਡਾ ਆਗੂ ਬਣਨ ਦੀ ਜਿਹੜੀ ਹੋੜ ਹੈ ਉਹ ਲੱਗੀ ਹੋਈ ਹੈਗੀ। ਉਹਦੇ ਵਿੱਚ ਹੀ ਮਤਲਬ ਪਹਿਲਾਂ ਜੇ ਗੱਲ ਕਰੀਏ ਆਪਾਂ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ, ਉਹਨਾਂ ਦਾ ਬਹੁਤਾ ਬੋਲਣਾ ਉਹ ਵੀ ਆਪਣੇ ਆਪ ਨੂੰ ਇਹ ਦਿਖਾਉਂਦੇ ਸੀਗੇ ਵੀ ਮੈਂ ਹੀ ਇੱਕ ਸ਼ੇਰ ਆ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਹੈ, ਤੇ ਉਹੀ ਕਦੇ ਨਾ ਕਦੇ ਨਵਜੋਤ ਸਿੰਘ ਸਿੱਧੂ ਦਿਖਾਉਣ ਲੱਗ ਜਾਂਦੇ ਵੀ ਮੈਂ ਹੀ ਇੱਕ ਵੱਡਾ ਆਗੂ ਆ ਜਿਹੜਾ ਪੰਜਾਬ ਦੇ ਵਿੱਚ ਕਾਂਗਰਸ ਦਾ ਚਿਹਰਾ, ਮੇਰੇ ਸਿਰ ਤੇ ਮਤਲਬ ਮੈਂ ਹੀ ਸਾਰਿਆਂ ਤੋਂ ਸਰਦਾਰ ਹੈ। ਤੇ ਇਸੇ ਤਰ੍ਹਾਂ ਮੈਨੂੰ ਲੱਗਦਾ ਬਾਜਵਾ ਤੇ ਹੁਣ ਜਿਹੜਾ ਰਾਜਾ ਬੜਿੰਗ ਹੋਣੀ ਹੈ ਇਹਨਾਂ ਨੂੰ ਵੀ ਲੱਗਦਾ ਹੈਗਾ। ਸੋ ਇਹ ਜਿੱਥੇ ਮਤਲਬ ਇਹਨਾਂ ਨੇ ਜਿਹੜਾ ਗੱਠਜੋੜ ਹੋ ਰਿਹਾ ਉਹਦੇ ਵਿੱਚ ਕੜੱਤਣ ਆਈ ਆ, ਉੱਥੇ ਸੁਖਪਾਲ ਸਿੰਘ ਖਹਿਰਾ ਹੋਣੀ ਉਸ ਕਾਰਨ ਜੇਲ੍ਹ ਦੇ ਵਿੱਚ ਵੀ ਚਲੇ ਗਿਆ ਵੱਧ ਬੋਲਣ ਦੇ ਨਾਲ। ਤੇ ਇਹ ਵੀ ਹੁਣ ਕਾਂਗਰਸੀ ਆਗੂ ਆ ਜਿਹੜੇ ਵੱਖੋ ਵੱਖਰੀ ਜਿਹੜੀ ਬੋਲੀ ਬੋਲ ਰਹੇ ਨੇ, ਤੇ ਲੱਗਦਾ ਹੀ ਹੈ ਵੀ ਇਹ ਮਤਲਬ ਫਾਇਦੇ ਦੀ ਬਜਾਏ ਬਹੁਤਾ ਨੁਕਸਾਨ ਕਰ ਲੈਣਗੇ, ਕਿਉਂਕਿ ਜੇ ਗੱਠਜੋੜ ਉੱਪਰ ਲੈਣੇ ਕਰ ਲਿਆ ਤਾਂ ਇਹਨਾਂ ਨੂੰ ਹੁਣ ਕਮ ਸੇ ਕਮ ਸੰਜਮ ਤੋਂ ਕੰਮ ਲੈਣਾ ਚਾਹੀਦਾ ਉਹਨਾਂ ਚਿਰ। ਤੇ ਜੇ ਮਤਲਬ ਨਹੀਂ ਹੁੰਦਾ ਹੈਗਾ ਫਿਰ ਜਿਵੇਂ ਬਿੱਟੂ ਨੇ ਕਿਹਾ, ਫਿਰ ਇਹ ਕਹਿ ਦੇਣਗੇ ਪੱਕੇ ਸਿੱਧੇ ਤੌਰ ਤੇ ਕਹਿ ਦੇਣ ਵੀ ਜੇ ਭਾਈ ਗੱਠਜੋੜ ਕਰ ਦਿਓ ਫਿਰ ਅਸੀਂ ਕਾਂਗਰਸ ਦਾ ਹਿੱਸਾ ਹੀ ਨਹੀਂ ਹੋਵਾਂਗੇ, ਤੋ ਇਹ ਗੱਲਾਂ ਜਿਹੜੀਆਂ ਨਹੀਂ ਤਾਂ ਇਹ ਨੁਕਸਾਨ ਦੇ ਹੀ ਨਹੀਂ ਜੀ ਵਨੀਤ। ਜੀ ਇਸ ਨਾਲ ਹੀ ਸਰ, ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀਆਂ ਚਿੱਠੀਆਂ ਦੇ ਬਾਰੇ, ਜਿਵੇਂ ਕਿ ਲੰਬੇ ਸਮੇਂ ਤੋਂ ਚਿੱਠੀਆਂ ਦਾ ਸਿਲਸਿਲਾ ਇਹਨਾਂ ਦਾ ਜਾਰੀ ਹੈ, ਤੇ ਇੱਕ ਵਾਰ ਫਿਰ ਤੋਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੂਰਾ ਹਿਸਾਬ ਕਿਤਾਬ ਉਹਨਾਂ ਨੂੰ ਭੇਜਿਆ ਗਿਆ ਹੈ ਕਿ ਜੋ ਵੀ ਕਰਜ਼ਾ ਲਿਆ ਗਿਆ ਸੀ ਉਸਨੂੰ ਕਿੱਥੇ ਖਰਚ ਕੀਤਾ ਗਿਆ, ਕਿਉਂਕਿ ਇਸ ਦਾ ਹਿਸਾਬ ਕਿਤਾਬ ਜੋ ਹੈ ਰਾਜਪਾਲ ਦੇ ਵੱਲੋਂ ਮੰਗਿਆ ਗਿਆ ਸੀ ਜਦੋਂ ਪੇਂਡੂ ਵਿਕਾਸ ਫੰਡ ਜਾਰੀ ਕਰਨ ਦੀ ਗੱਲ ਭਗਵੰਤ ਸਿੰਘ ਮਾਨ ਦੇ ਵੱਲੋਂ ਕਹੀ ਗਈ ਸੀ। ਸੋ ਇਸੇ ਦੇ ਨਾਲ ਨਾਲ ਹਿਸਾਬ ਕਿਤਾਬ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀਆਂ ਬਾਕੀ ਪਾਰਟੀਆਂ ਰਵਾਇਤੀ ਪਾਰਟੀਆਂ ਕਹਿ ਸਕਦੇ ਹੋ ਉਹਨਾਂ ਤੇ ਵੀ ਨਿਸ਼ਾਨਾ ਸਾਧਿਆ ਗਿਆ। ਬਿਲਕੁਲ ਜੀ, ਉਹਨਾਂ ਨੇ ਜਿਹੜਾ ਦੱਸਿਆ ਵੀ ਇੱਕ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਇਹ ਜਿਹੜਾ 50,000 ਕਰੋੜ ਨਹੀਂ, 47,000 ਕਰੋੜ ਦਾ ਕਰਜ਼ਾ ਹੈਗਾ, 3,000 ਕਰੋੜ ਘੱਟ ਹੈ ਜਿੰਨਾ ਕਿਹਾ ਜਾ ਰਿਹਾ, ਉਹ ਗਿਣਤੀ ਉਹਨਾਂ ਨੇ ਦੱਸੀ ਹੈਗੀ। ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਇਹਦੇ ਵਿੱਚੋਂ ਜਿਹੜਾ 47,000 ਕਰੋੜ ਦਾ ਕਰਜ਼ਾ ਰਿਹਾ, ਇਹਦੇ ਵਿੱਚੋਂ 27,000 ਕਰੋੜ ਰੁਪਇਆ ਤਾਂ ਉਹਨਾਂ ਨੇ ਵਿਆਜ ਹੀ ਮੋੜਿਆ, ਜਿਹੜਾ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਚੱਲ ਰਿਹਾ ਉਹਦਾ 27,000 ਕਰੋੜ ਰੁਪਇਆ ਉਹਨਾਂ ਦਾ ਵਿਆਜ ਹੀ ਭਰਨਾ ਪਿਆਗਾ। ਤੇ ਇਹਦੇ ਵਿੱਚ ਬਾਕੀ ਮਤਲਬ ਸੂਬੇ ਦੇ ਵਿਕਾਸ ਲਈ ਜੇ ਆਪਾਂ ਕਹੀਏ 20,000 ਕਰੋੜ ਰੁਪਇਆ ਕਰਜ਼ਾ
ਬਚਦਾ ਜਿਹੜਾ ਉਹ ਸੂਬੇ ਦੇ ਵਿਕਾਸ ਵਾਸਤੇ। ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਬਿਜਲੀ ਦੀਆਂ ਜਿਹੜੀਆਂ ਸਬਸਿਡੀਆਂ ਨੇ, ਸਰਕਾਰੀ ਸਕੀਮਾਂ ਨੇ, ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਇਹਦੇ ਨਾਲ ਨਾਲ ਉਹਨਾਂ ਨੇ GST ਦੇ ਬਕਾਏ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਰਾਜਪਾਲ ਸਾਹਿਬ ਨੂੰ ਇਹ ਜਿਹੜਾ ਇੱਕ ਸਵਾਲ ਕੀਤਾ ਕਿ ਜਿਹੜਾ ਪਿਛਲੀਆਂ ਸਰਕਾਰਾਂ ਨੇ 3 ਲੱਖ ਕਰੋੜ ਦਾ ਕਰਜ਼ਾ ਸਿਰ ਚਾੜਿਆ, ਉਹਨਾਂ ਦਾ ਹਿਸਾਬ ਕਿਤਾਬ ਕਦੇ ਕਿਸੇ ਨੇ ਕਿਉਂ ਨਹੀਂ ਮੰਗਿਆ ਹੈਗਾ, ਉਹ ਵੀ ਤਾਂ ਹਿਸਾਬ ਕਿਤਾਬ ਲੈਣਾ ਚਾਹੀਦਾ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਉਹਦੀ ਤਾਂ ਜਿਹੜੀ ਮਹੀਨਾਵਾਰ ਕਿਸ਼ਤ ਹੈ, ਜਿਹੜਾ ਵਿਆਜ ਹੈ, ਉਹੀ ਮਤਲਬ ਠੀਕ ਨਹੀਂ ਆ ਰਿਹਾ, ਉਹੀ ਨਹੀਂ ਸੱਤ ਦਾ ਭਰਿਆ ਜਾ ਰਿਹਾ, ਇੱਡਾ ਵੱਡਾ ਮਤਲਬ ਜਿਹੜਾ ਪਿਛਲਾ ਕਰਜ਼ਾ ਉਹ ਉਸ ਨੂੰ ਮੋੜਨ ਦੇ ਵਿੱਚ ਹੀ। ਤੇ ਸੀਐਮ ਸਾਹਿਬ ਨੇ ਜੀ ਆਪਣੇ ਜਿਹੜੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਜਿਹੜਾ 21 ਸਤੰਬਰ ਨੂੰ ਸਰਕਾਰ ਨੇ ਜਿਹੜੀ 5,537 ਕਰੋੜ ਰੁਪਏ ਦਾ ਪੇਂਡੂ ਵਿਕਾਸ ਫੰਡ ਜਾਰੀ ਕਰਨ ਲਈ ਕੇਂਦਰ ਤੋਂ ਦਖਲ ਦੀ ਮੰਗ ਕੀਤੀ ਸੀ, ਤੇ ਉਹਦੇ ਜਵਾਬ ਦੇ ਵਿੱਚ ਤੁਸੀਂ ਉਹ ਸਾਨੂੰ ਮਤਲਬ ਉਹ ਤਾਂ ਕੀ ਕਰਾਉਣਾ ਸੀ, ਉਲਟਾ ਸਾਡੇ ਕੋਲੋਂ ਜਿਹੜਾ ਕਰਜ਼ੇ ਦਾ ਹਿਸਾਬ ਕਿਤਾਬ ਮੰਗ ਲਿਆ ਤੇ ਹੁਣ ਅਸੀਂ ਕਰਜ਼ੇ ਦਾ ਹਿਸਾਬ ਕਿਤਾਬ ਤਾਂ ਦੇ ਦਿੱਤਾ। ਸਰਕਾਰ ਨੇ ਕਹਿ ਦਿੱਤਾ ਵੀ 1 ਅਪ੍ਰੈਲ 2022 ਤੋਂ 31 ਅਗਸਤ 2023 ਤੱਕ ਜਿਹੜਾ 47,107 ਕਰੋੜ ਰੁਪਇਆ ਕਰਜ਼ਾ ਜਿਹੜਾ ਉਹ ਲਿਆ ਗਿਆ, ਤੇ ਜਿਹਦੇ ਵਿੱਚ ਨਾ ਸਿਰਫ ਬਾਜ਼ਾਰ ਦੇ ਕਰਜ਼ੇ ਸਗੋਂ ਨਬਾਰਡ ਦੇ ਕਰਜ਼ੇ ਵੀ ਇਹਦੇ ਵਿੱਚ ਸ਼ਾਮਲ ਹੈਗੇ। ਤੇ ਇਸ ਦੇ ਵਿੱਚ ਮਤਲਬ ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਪ੍ਰੋਜੈਕਟਾਂ ਨਾਲ ਸੰਬੰਧਿਤ ਕਰਜ਼ੇ ਵੀ ਇਹਦੇ ਵਿੱਚ ਗਿਣੇ ਹੋਏ ਨੇ, ਸਾਰੇ ਮਤਲਬ ਕਰਜ਼ੇ ਰਲਾ ਮਿਲਾ ਕੇ ਉਹਨਾਂ ਨੇ ਦੱਸਿਆ ਇੰਨੇ ਆ। ਤੇ ਉਹਨਾਂ ਨੇ ਕਿਹਾ ਵੀ ਹੁਣ ਹਿਸਾਬ ਕਿਤਾਬ ਤਾਂ ਲੈ ਲਿਆ ਤੇ ਹੁਣ ਸਾਡਾ ਜਿਹੜਾ ਉਹ ਪੇਂਡੂ ਵਿਕਾਸ ਫੰਡ ਦਾ ਪੈਸਾ ਹੈਗਾ 5,537 ਕਰੋੜ ਰੁਪਇਆ, ਰਾਜਪਾਲ ਸਾਹਿਬ ਨੂੰ ਕਿਹਾ ਵੀ ਉਹ ਜਾਰੀ ਕਰਵਾਓ ਕੇਂਦਰ ਤੋਂ, ਹੁਣ ਅਸੀਂ ਤਾਂ ਹਿਸਾਬ ਕਿਤਾਬ ਦਿੱਤਾ, ਹੁਣ ਤੁਸੀਂ ਹਿਸਾਬ ਕਿਤਾਬ ਦਿਓ ਤਾਂ ਕਿ ਉਹ ਜਿਹੜਾ ਸਾਡਾ ਪੈਸਾ ਸੈਂਟਰ ਦੇ ਵਿੱਚ ਰੁਕਿਆ ਪਿਆ ਪੇਂਡੂ ਵਿਕਾਸ ਫੰਡ ਦਾ, ਉਹ ਆਵੇ ਤੇ ਅਸੀਂ ਆਪਣੇ ਪਿੰਡਾਂ ਦੇ ਵਿਕਾਸ ਦੇ ਉੱਪਰ ਜਿਹੜੇ ਕੰਮ ਨੇ ਉਹਨਾਂ ਨੂੰ ਜਾਰੀ ਰੱਖ ਸਕੀਏ ਜਾਂ ਅੱਗੇ ਵਧਾ ਸਕੀਏ। ਜੀ ਵਨੀਤ, ਜੀ ਜੀ ਸਰ, ਇਸ ਦੇ ਨਾਲ ਹੀ ਲਖੀਮਪੁਰ ਖੀਰੀ ਮਾਮਲਾ ਜੋ ਕਿ ਇੱਕ ਵਾਰ ਫਿਰ ਤੋਂ ਭਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਰਹੀ, ਕਿਉਂਕਿ ਕਿਤੇ ਨਾ ਕਿਤੇ ਇਸ ਨੂੰ ਇੱਕ ਵਾਰ ਫਿਰ ਤੋਂ ਦਬਾਉਣ ਦੀ ਆਪਾਂ ਕਹਿ ਸਕਦੇ ਹਾਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਲੇਕਿਨ ਹੁਣ ਧਰਨੇ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਚੁੱਕੇ ਹੈ। ਕੀ ਲੱਗਦਾ ਹੈ ਕਿ ਪੂਰੇ ਮਾਮਲੇ ਦੇ ਵਿੱਚ ਫਿਰ ਤੋਂ ਗਰਮਾਹਟ ਵਾਪਸ ਆ ਪਾਊਗੀ ਕਿ ਨਹੀਂ? ਹਾਂ ਬਿਲਕੁਲ, ਇਹ 2 ਸਾਲ ਪਹਿਲਾਂ ਦੀ ਘਟਨਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ, ਉਸ ਚੱਲਦੇ ਕਿਸਾਨ ਅੰਦੋਲਨ ਦੇ ਦੌਰਾਨ ਇਹ ਲਖੀਮਪੁਰ ਖੀਰੀ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨ ਸੀਗੇ, ਜਿਨ੍ਹਾਂ ਦੇ ਉੱਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦਾ ਪੁੱਤਰ ਸੀ ਜਿਹੜਾ ਟੈਣੀ ਮਿਸਰਾ ਸਾਹਿਬ, ਉਹਨੇ ਇਸ ਇਹਨਾਂ ਦੇ ਉੱਪਰ ਜਿਹੜੀ ਗੱਡੀ ਆ ਉਹ ਚਾੜ ਦਿੱਤੀ ਸੀਗੀ। ਸੋ ਇਸ ਹਾਂਜੀ ਕਿਸਾਨਾਂ ਦੇ ਉੱਪਰ ਗੱਡੀ ਚਾੜ ਕੇ ਕਈ ਬੇਦੋਸੇ ਕਿਸਾਨ ਆ ਜਿਹੜੇ ਉਹਨਾਂ ਦੀ ਉੱਥੇ ਮੌਤ ਹੋ ਗਈ ਸੀਗੀ, ਤੇ ਪਰ ਹੁਣ ਉਹਦੇ ਪੁੱਤਰ ਨੂੰ ਗ੍ਰਿਫਤਾਰ ਕਰਨ ਤੇ ਬੇਦੋਸੇ ਕਿਸਾਨਾਂ ਦੇ ਉੱਪਰ ਪਰਚੇ ਰੱਦ ਕਰਨ ਨੂੰ ਲੈ ਕੇ ਮਤਲਬ ਅੱਜ ਪੂਰੇ ਸੂਬੇ ਭਰ ਦੇ ਵਿੱਚ ਜਿਹੜਾ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਆ ਜਿਹੜਾ ਉਹ ਗ੍ਰਹਿ ਰਾਜ ਮੰਤਰੀ ਅਤੇ ਉਹਦੇ ਪੁੱਤਰ ਦੇ ਪੁਤਲੇ ਫੂਕੇ ਗਏ ਆ, ਤੇ ਇਹ ਸੰਬੋਧਨ ਕਰਦਿਆਂ ਮਤਲਬ ਕਿਹਾ ਗਿਆ ਵੀ ਜਿਹੜਾ ਦੋਸ਼ੀ ਟੈਣੀ ਮਿਸਰਾ ਇਹਨੂੰ ਤੁਰੰਤ ਬਰਖਾਸਤ ਕੀਤਾ ਜਾਵੇ, ਤੇ ਇਹਦੇ ਨਾਲ ਨਾਲ ਜਿਹੜਾ ਇਹਦਾ ਮੁੰਡਾ ਸੀਗਾ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਆ ਜਿਹੜੀ ਇਹ ਵੀ ਰੱਖੀ ਗਈ ਆ, ਤਾਂ ਕਿ ਜਿਹੜੇ ਬਾਕੀ ਉਲਟਾ ਮਤਲਬ ਜਿਹੜੇ ਕਿਸਾਨਾਂ ਦੇ ਉੱਪਰ ਉੱਥੇ ਪਰਚੇ ਦਰਜ ਕੀਤੇ ਗਏ ਸੀ ਉਹ ਜਿਹੜੇ ਰੱਦ ਕੀਤੇ ਜਾਣ। ਇਸ ਮੰਗ ਨੂੰ ਲੈ ਕੇ ਮਤਲਬ ਕਿਸਾਨਾਂ ਵੱਲੋਂ ਪ੍ਰਜੋਰ ਜਿਹੜਾ ਇੱਕ ਸੰਘਰਸ਼ ਆ ਉਹ ਦੁਬਾਰੇ ਵਿੱਢ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ, ਅੱਜ ਰੋਸ ਪ੍ਰਦਰਸ਼ਨ ਹੋਇਆ, ਤੇ ਇਹਦੇ ਵਿੱਚ ਇਹ ਵੀ ਕਿਹਾ ਵੀ 5 ਲੱਖ ਰੁਪਇਆ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਵੇ ਤੇ ਇੱਕ ਜੀ ਨੂੰ ਜਿਹੜੀ ਨੌਕਰੀ ਆ ਉਹ ਵੀ ਦਿੱਤੀ ਜਾਣੀ ਚਾਹੀਦੀ ਆ। ਸੋ ਇਹ ਮਾਮਲਾ ਫੇਰ ਪੰਜਾਬ ਦੇ ਵਿੱਚ ਭਖਦਾ ਹੋਇਆ ਦਿਖਾਈ ਦੇ ਰਿਹਾ, ਔਰ ਇਹ ਲੱਗਦਾ ਇਹ ਹੈ ਵੀ ਜਿਉਂ ਜਿਉਂ 2024 ਨੇੜੇ ਆਊਗਾ ਤਿਉਂ ਤਿਉਂ ਇਹ ਮਾਮਲਾ ਜਿਹੜਾ ਹੋਰ ਭਖੂਗਾ, ਕਿਉਂਕਿ ਇਲੈਕਸ਼ਨ ਦੇ ਦੌਰਾਨ ਮਤਲਬ ਜਦੋਂ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਜਿਹੜੇ ਉਹਨਾਂ ਜਿੰਨੇ ਉਹ ਇਲੈਕਸ਼ਨ ਦੇ ਨੇੜੇ ਜਾ ਕੇ ਗਰਮਾਏ ਜਾਂਦੇ ਆ, ਤੇ ਉਹਦੇ ਵਿੱਚ ਫਿਰ ਕੋਈ ਨਾ ਕੋਈ ਕਾਰਵਾਈ ਕਰਨ ਦੀ ਕੋਈ ਨਾ ਕੋਈ ਇਨਸਾਫ ਦੀ ਗੁੰਜਾਇਸ਼ ਆ ਜਿਹੜੀ ਉਹ ਨਜ਼ਰ ਆਉਣ ਲੱਗ ਜਾਂਦੀ ਹੈਗੀ। ਸੋ ਇਹ ਲੱਗਦਾ ਇਹ ਹੈ ਕਿ ਜਿਵੇਂ ਜਿਵੇਂ 2024 ਦੀਆਂ ਇਲੈਕਸ਼ਨਾਂ ਨੇੜੇ ਆਉਂਦੀਆਂ, ਲੋਕ ਸਭਾ ਇਲੈਕਸ਼ਨ ਨੇੜੇ ਆਉਂਦੀ ਆ, ਉਵੇਂ ਉਵੇਂ ਜਿਹੜਾ ਇਹ ਜਿਹੜਾ ਟੈਣੀ ਮਿਸਰਾ ਵਾਲਾ ਮਾਮਲਾ, ਇਹ ਲਖੀਮਪੁਰ ਖੀਰੀ ਵਾਲਾ ਕਾਂਡ ਹੈ, ਇਹਦੀ ਗੂੰਜ ਆ ਜਿਹੜੀ ਇਹ ਪੰਜਾਬ ਤੋਂ ਲੈ ਕੇ ਪਾਰਲੀਮੈਂਟ ਤੱਕ ਪੈਣ ਦੇ ਆਸਾਰ ਆ, ਜਿਹੜੇ ਯੂਪੀ ਦੇ ਵਿੱਚ ਜਾਂ ਹੋਰ ਦੂਸਰੀਆਂ ਸਟੇਟਾਂ ਦੇ ਵਿੱਚ ਵੀ ਇਹ ਮਾਮਲਾ ਜਿਹੜਾ ਗੂੰਜਣ ਦੇ ਆਸਾਰ ਹੈ ਉਹ ਬਣਦੇ ਦਿਖਾਈ ਦੇ ਰਹੇ ਨੇ। ਜੀ ਬਨੀ, ਬਿਲਕੁਲ ਬਿਲਕੁਲ। ਸੋ ਸਰ, ਇਹ ਸੀ ਅੱਜ ਦੀਆਂ ਆਪਣੀਆਂ ਦਿਨ ਭਰ ਦੀਆਂ ਖਾਸ ਖਬਰਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਸੋ ਇਹ ਸੀ ਆਪਣੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ, ਜਿਨ੍ਹਾਂ ਨੇ ਅੱਜ ਦੀਆਂ ਦਿਨ ਭਰ ਦੀਆਂ ਖਾਸ ਖਬਰਾਂ ਤੇ ਆਪਣੇ ਨਾਲ ਵਿਚਾਰ ਚਰਚਾ ਕੀਤੀ ਹੈ। ਇੱਕ ਵਾਰ ਫਿਰ ਤੋਂ ਹਾਜ਼ਰ ਹੋਵਾਂਗੇ ਦਿਨ ਭਰ ਦੇ ਖਾਸ ਮੁੱਦੇ ਲੈ ਕੇ। ਤਦ ਤੱਕ ਲਈ ਦੇਖਦੇ ਰਹੋ ਪ੍ਰੋਗਰਾਮ ਨਿਰਪੱਖ ਟਾਕ। ਧੰਨਵਾਦ।